ਜੇ ਹੁਣ ਸੋ ਪ੍ਰੈਜ਼ੈਂਟ ਸਿਨੈਰੀਓ ਕੀ ਹੈ ਜੇ ਵੀਜ਼ੇ ਲੱਗਦੇ ਪਏ ਤਾਂ ਓਬਵੀਅਸਲੀ ਵੀਜ਼ੇ ਰਿਫਿਊਜ਼ ਵੀ ਹੁੰਦੇ ਹੋਣਗੇ ਸੋ ਕਿੰਨੀਆਂ ਫਾਈਲਾਂ ਅੰਬੈਸੀ ਭੇਜ ਚੁੱਕੇ ਹੋ ਕਿੰਨੇ ਕੁ ਰਿਜ਼ਲਟਸ ਜਿਹੜੇ ਪੋਜ਼ਿਟਿਵ ਤੁਸੀਂ ਲੈ ਚੁੱਕੇ ਹੋ ਉਸ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਦਰਸ਼ਕਾਂ ਤਾਂ ਕਿ ਦਰਸ਼ਕਾਂ ਨੂੰ ਹੋਰ ਟਰਸਟ ਬਣ ਕੇ ਜਾਵੇ ਦੇਖੋ ਇਹਦੀ ਅਗਰ ਆਪਾਂ ਗੱਲ ਕਰਦੇ ਹਾਂ ਸਕਸੈਸ ਰੇਟ ਦੀ ਸੇਮ ਰਿਜ਼ਲਟ 2016-17 ਦੇ ਵਿੱਚ ਆਇਆ ਸੀਗਾ ਕਿ ਨੰਬਰ ਆਫ ਐਪਲੀਕੇਸ਼ਨਸ ਗ੍ਰਾਂਟ ਹੋਈਆਂ ਸੀਗੀਆਂ ਤੇ ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਬਾਕੀ ਇਅਰਸ ਵੀ ਚੰਗੇ ਰਹੇ 2023 ਇੰਨਾ ਕੁ ਪੀਕ ਟਾਈਮ ਰਿਹਾ ਕਿ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਦੇਖਣ ਨੂੰ ਮਿਲਿਆ ਈਵਨ ਆਇਲਸ ਦੇ ਉੱਤੇ ਵੀਜ਼ਾਸ ਨੇ ਪੀਟੀ ਦੇ ਉੱਪਰ ਵੀਜ਼ਾਸ ਨੇ ਔਰ ਰੂਲ ਦੇ ਵਿੱਚ ਥੋੜੀ ਜਿਹੀ ਅਪਡੇਸ਼ਨ ਹੋਈ ਕਿ ਬੱਚੇ ਦੇ ਫੇਵਰ ਦੇ ਵਿੱਚ ਰੂਲ ਗਏ ਨੇ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਕਿ ਜਿਹੜੇ ਬੱਚੇ 10-10, 11-11 ਵਾਰ ਰਿਵਿਊ ਸੀਗੇ ਉਹਨਾਂ ਦੇ ਵੀ ਵੀਜ਼ਾਸ ਗ੍ਰਾਂਟ ਹੋਏ ਆ ਰਾਈਟ ਟਾਈਮ ਹੈਗਾ ਜਿਹੜੇ ਵੀ ਐਪਲੀਕੈਂਟ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਬਸ ਕੋਈ ਵੀ ਐਸਾ ਐਪਲੀਕੈਂਟ ਨਾ ਹੋਵੇ ਜਿਹਦੇ ਡਾਕੂਮੈਂਟਸ ਫੇਕ ਹੋਣ ਅਦਰਵਾਈਜ਼ ਤੁਸੀਂ ਕਿੰਨੀ ਵਾਰ ਵੀ ਰਿਫਿਊਜ਼ ਹੋ ਗਏ ਜਾਂ ਫਸਟ ਟਾਈਮ ਅਪਲਾਈ ਕਰਨਾ ਚਾਹੁੰਦੇ ਹੋ ਰਾਈਟ ਟਾਈਮ ਹੈ ਕੈਨੇਡੀਅਨ ਸਟੂਡੈਂਟ ਵੀਜ਼ਾ ਅਪਲਾਈ ਕਰਨ ਦਾ ਚਾਹੇ ਹੁਣ ਅਗਰ ਆਪਾਂ ਗੱਲ ਕਰਦੇ ਯੂਕੇ ਨੇ ਵੀ ਥੋੜੀ ਜਿਹੀ ਫੇਰ ਬਦਲ ਕੀਤੇ ਆਪਣੇ ਸਪਾਊਸ ਵੀਜ਼ਾ ਐਪਲੀਕੇਸ਼ਨਸ ਦੇ ਵਿੱਚ ਆਸਟ੍ਰੇਲੀਆ ਥੋੜਾ ਜਿਹਾ ਸਟ੍ਰਿਕਟ ਚੱਲ ਰਿਹਾ ਉੱਥੋਂ ਮਤਲਬ ਸਾਈਕਲ ਵਾਂਗੂ ਚੱਲਦਾ ਇਹ US ਹੋ ਗਿਆ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਯੂਕੇ ਹੋ ਗਿਆ ਮਤਲਬ ਕਿਤੋਂ ਡਾਊਨ ਹੋ ਗਿਆ ਇੱਕ ਸਾਈਡ ਅਪ ਚੱਲ ਗਈ ਇੱਕ ਪੈਡਲ ਅਪ ਚਲੇ ਜਾਂਦਾ ਜਦੋਂ ਬਾਕੀ ਕੰਟਰੀਜ਼ ਡਾਊਨ ਆਈਆਂ ਅੱਜ ਕੈਨੇਡਾ ਨੇ ਥੋੜਾ ਜਿਹਾ ਅੱਗੇ ਹੋ ਕੇ ਇਸ ਚੀਜ਼ ਨੂੰ ਫੇਵਰ ਕੀਤੀ ਹੈ ਪਲੱਸ ਟੂ ਬੇਸ ਦੇ ਉੱਤੇ ਕੋਈ ਕੰਟਰੀ ਸਰ ਸਪਾਊਸ ਵੀਜ਼ਾ ਨਹੀਂ ਦਿੰਦੀ ਸਿਰਫ ਇਕਲੌਤੀ ਕੰਟਰੀ ਐਸੀ ਕੈਨੇਡਾ ਜਿਹਦੇ ਵਿੱਚ ਪਲੱਸ ਟੂ ਬੇਸ ਦੇ ਸਪਾਊਸ ਵਿਦ ਕਿਡ ਅਪਲਾਈ ਕਰ ਸਕਦਾ ਰਾਈਟ ਟਾਈਮ ਅਜੇ ਵੀਜ਼ਾ ਅਪਲਾਈ ਕਰ ਸਕਦਾ